ਪਤੀ ਪਤਨੀ ਦੇ ਰਿਸ਼ਤੇ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ, ਪਰ ਜਦ ਇਹ ਰਿਸ਼ਤੇ ਵਿੱਚ ਕਰਵਾਹਟ ਪੈਦਾ ਹੋਣ ਲੱਗ ਜਾਵੇ ਤਾਂ ਇਹ ਖਤਰਨਾਕ ਵੀ ਸਾਬਿਤ ਹੋ ਜਾਂਦਾ ਹੈ। ਅਜਿਹਾ ਹੀ ਕੁਝ ਦੇਖਣ 'ਚ ਆਇਆ ਗੁਰਦਾਸਪੁਰ ਦੇ ਬਟਾਲਾ 'ਚ, ਜਿੱਥੇ ਇੱਕ ਵਿਆਹੁਤਾ ਵੱਲੋਂ ਆਪਣੇ ਸਹੁਰਾ ਪਰਿਵਾਰ 'ਤੇ ਗੰਭੀਰ ਇਲਜ਼ਾਮ ਲਾਏ ਗਏ ਨੇ। ਜੋਸ਼ਨਾ ਨਾਮ ਦੀ ਵਿਆਹੁਤਾ ਨੇ ਰੋ ਰੋ ਕੇ ਆਪਣੇ ਸਹੁਰੇ ਪਰਿਵਾਰ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਸਦੇ ਪਤੀ ਸਮੇਤ ਉਸਦੇ ਸੱਸ ਅਤੇ ਸਹੁਰਾ ਉਸਦੀ ਕੁੱਟਮਾਰ ਕਰਦੇ ਰਹਿੰਦੇ ਸੀ। ਬੀਤੇ ਦਿਨ ਜਦ ਉਸ ਨਾਲ ਫਿਰ ਕੁੱਟਮਾਰ ਕੀਤੀ ਗਈ ਤਾਂ ਉਸਨੇ ਆਪਣੇ ਮਾਪਿਆਂ ਨੂੰ ਫੋਨ ਰਾਹੀਂ ਸੂਚਿਤ ਕੀਤਾ। ਜਦ ਉਸਦੇ ਮਾਪੇ ਪੁਲਿਸ ਨੂੰ ਨਾਲ ਲੈ ਕੇ ਉਸਦੇ ਸਹੁਰੇ ਘਰ ਪਹੁੰਚੇ ਤਾਂ ਉੱਥੇ ਉਹਨਾਂ ਦੀ ਵੀ ਕੁੱਟਮਾਰ ਕੀਤੀ ਗਈ। ਲੋ ਸੁਣੋ ਰੋ ਰੋ ਹਾਲ ਬਿਆਨ ਕਰ ਰਹੀ ਵਿਆਹੁਤਾ ਦੀ ਜ਼ੁਬਾਨੀ ਪੂਰੀ ਵਿਥਿਆ। ਕਿ 1:30 ਵਜੇ ਤੱਕ ਕੁੱਟਿਆ, ਮੇਰੇ ਸਿਰ ਤੇ ਮਾਰਿਆ, ਰੋਡ ਪਏ ਨੀਲ ਪਏ ਹੋਏ, ਉਹਨੇ ਮੈਨੂੰ ਮਾਰਿਆ, ਬਹੁਤ ਮਾਰਦਾ। ਆਪਣੇ ਮਾੜੀ 'ਚ ਗੱਲ ਕੋਈ ਨਹੀਂ ਸੀ, ਮਾਮੂ ਦਾ ਫੋਨ ਆਇਆ ਸੀ ਕਿ ਨਾਨਕੇ ਆ ਜਾ, ਮੈਂ ਫੋਨ ਸੁਣਦੀ ਸੀ, ਆਇਆ ਖਪਿਆ ਤਾਂ ਫਿਰ ਮੈਨੂੰ ਆ ਕੇ ਬਸ ਇੱਦਾਂ ਕਰਦੇ ਰਹਿੰਦੇ, ਬਹੁਤ ਜ਼ਿਆਦਾ ਮਾਰਦਾ ਵਾ। ਮਾੜੀ ਜਿਹੀ ਗੱਲ ਕੁਛ ਕਹਿ ਦਿਉ, ਨਾਲ ਹੀ ਆਪਣਾ ਐਟੀਟਿਊਡ ਜਿੱਦਾਂ ਈਗੋ ਆ ਜਾਂਦੀ ਹੈ ਕਿ ਮੈਂ ਆਦਮੀ ਹਾਂ, ਤੇਰਾ ਆਦਮੀ ਵਾਲੀ ਫੀਲਿੰਗ ਆ ਕੇ ਮੈਨੂੰ ਕੁੱਟਿਆ। ਮੈਨੂੰ ਅੱਗੇ ਵੀ 15 ਦਿਨ ਪਹਿਲੇ ਮੇਰਾ ਗਲਾ ਦਬਾ ਦਿੱਤਾ ਸੀਗਾ, ਉਹ ਤੋਂ ਪਹਿਲੇ ਵੀ ਮੇਰਾ ਸੰਧੂਰ ਪਹੁੰਚਿਆ 15 ਵਾਰੀ, ਮੰਗਲ ਸੂਤਰ ਤੋੜ ਦਿੱਤਾ, ਕਹਿੰਦਾ ਤੇਰੇ ਲਈ ਮੈਂ ਮਰ ਗਿਆ। ਜੀ ਮੇਰੇ ਸੰਧੂਰ 3 ਮਹੀਨੇ ਪਹਿਲੇ ਕਲੇਸ਼ ਹੋਇਆ ਸੀ, ਉਦੋਂ ਮੰਮੀ ਪਾਪਾ ਆਏ ਸੀ, ਹਰ ਵਾਰੀ ਤਾਂ ਮੰਮੀ ਪਾਪਾ ਨੇ ਕੁਛ ਨਹੀਂ ਕਿਹਾ ਸੀ, ਕਹਿੰਦੇ ਤੇਰੀ ਮਾਂ ਨੂੰ ਇਹ, ਤੇਰੀ ਮਾਂ ਨੂੰ, ਮਤਲਬ ਕਿਸੇ ਵੀ ਮੇਰੇ ਫੈਮਿਲੀ ਮੈਂਬਰਸ ਨੂੰ ਉਹਨੇ ਚੱਜ ਨਾਲ ਗੱਲ ਨਹੀਂ ਕਰਦਾ, ਕਹਿਣ ਦੇ ਬਾਵਜੂਦ ਵੀ ਨਹੀਂ ਕਰਦਾ। ਆਪਣੇ ਮਾਂ ਪਿਓ ਨੂੰ ਕਹਿੰਦਾ ਪੂਰੀ ਇੱਜ਼ਤ ਦਿਉ, ਜੇ ਇੱਜ਼ਤ ਮੰਗਦੇ ਆ ਤਾਂ ਇੱਜ਼ਤ ਮਾਂ ਪਿਓ ਦੀ ਕਰਨੀ ਵੀ ਪੈਂਦੀ ਆ। ਇਹ ਨਹੀਂ ਕਿ ਅਸੀਂ ਮਾਂ ਪਿਓ ਲਈ, ਮੇਰੀ ਸੱਸ ਆਪਣੀ ਉੱਠ ਕੇ ਦਵਾਈ ਵੀ ਨਹੀਂ ਲੈਂਦੀ, ਠੀਕ ਹੈ, ਜੇ ਮੈਂ ਸਬਜ਼ੀ ਬਣਾਵਾਂ ਤਾਂ ਉਹਨੇ ਖਾਣੀ ਨਹੀਂ, ਪਿਆਜ਼ਾਂ ਨਹੀਂ, ਰੋਟੀ ਖਾ ਲੈਣੀ ਕਿ ਇਹਨੇ ਬਣਾਈ ਆ। ਫਿਰ ਕਹਿੰਦੀ ਸੀ ਮੈਂ ਸਬਜ਼ੀਆਂ ਮੈਂ ਬਣਾ ਦਿੰਦੀ, ਹਰ ਟਾਈਮ ਉਹਨੂੰ ਭੜਕਾਈ ਜਾਣਾ, ਉਹਨੂੰ ਭੜਕਾਈ ਜਾਣਾ ਕਿ ਇਹ ਲੜਾਈ ਹੋਵੇ ਇਹਨਾਂ ਵਿੱਚ। ਅੱਜ ਵੀ ਰਾਤੀ ਇਹੀ ਕੁਛ ਮਾਰੇ ਜਾਂਦੇ ਸੀ, ਜੇ ਮੈਂ ਉਹਨਾਂ ਨੂੰ ਬੁਲਾਇਆ ਤੇ ਇਹਨਾਂ ਨੂੰ ਵੀ ਮਾਰਿਆ, ਪਾਪਾ ਦੇ ਚਾਕੂ ਮਾਰਿਆ, ਮਾਂ ਪਿਓ ਦੇ ਕੱਪੜੇ ਫਾੜੇ, ਸਾਰੇ ਰਲ ਕੇ ਮੁਹੱਲੇ ਵਾਲੇ ਨੇ ਇਕੱਠੇ ਹੋ ਕੇ ਬਹੁਤ ਅਤਿਆਚਾਰ ਕੀਤੇ, ਬਹੁਤ ਮਾਰਦੇ ਆ, ਅੰਦਰ ਹੀ ਘੁੱਟ ਘੁੱਟ ਕੇ ਘੁੱਟ ਘੁੱਟ ਕੇ, ਕੋਈ ਗੱਲ ਹੋਵੇ ਤੇਰੇ ਮਾਂ ਪਿਓ ਨੇ ਇੱਦਾਂ ਨਹੀਂ ਕੀਤਾ, ਜਿੰਨਾ ਦੇਣਾ ਚਾਹੁੰਦੇ ਸੀ ਪੜ੍ਹੀ ਲਿਖੀ ਕੁੜੀ ਦੇ ਦਿੱਤੀ, ਇਹ ਤੋਂ ਵੱਧ ਕੀ ਚਾਹੀਦਾ। ਆਉਂਦਿਆਂ ਨੂੰ 8 ਮਹੀਨਿਆਂ ਬਾਅਦ ਕੁੜੀ ਹੋ ਗਈ, ਉਹ ਹੋਰ ਕੀ ਚਾਹੀਦਾ, ਇਹ ਤੋਂ ਵੱਧ ਤਾਂ ਕੁਛ ਨਹੀਂ ਹੁੰਦਾ ਨਾ। ਨਿੱਕੀ ਨਿੱਕੀ ਗੱਲ ਪਿੱਛੇ ਲੜਨਾ ਉਹ ਗੱਲ ਨਹੀਂ ਹੈਗੀ, ਨਿੱਕੀ ਨਿੱਕੀ ਗੱਲ ਪਿੱਛੇ ਲੜਦਾ ਮੇਰੇ ਨਾਲ। ਜਦ ਇਸ ਮਾਮਲੇ 'ਚ ਪੀੜਤ ਦੀ ਸੱਸ ਅਤੇ ਸਹੁਰੇ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਨੇ ਕੁਝ ਇਸ ਤਰ੍ਹਾਂ ਦੋਸ਼ਾਂ ਨੂੰ ਨਕਾਰਿਆ। ਅੱਜ ਤਾਂ ਤੰਗ ਕੀਤਾ ਤਾਂ ਉਹਨੇ, ਮੈਂ ਫਗਵਾੜੇ ਜਾਣਾ, ਮੈਂ ਫਗਵਾੜੇ ਜਾਣਾ, ਮੈਨੂੰ ਭੇਜੋ ਫਗਵਾੜੇ ਭੇਜੋ, ਰਾਤ ਸਾਰੀ ਬੂਹੇ ਬਾਵੇ ਭੰਦੀ ਰਹੀ ਹੈ ਨੂੰ ਮੇਰੀ ਨੇ। ਸਵੇਰੇ ਅਸੀਂ ਉਹਨੇ ਆਪਣੇ ਫੋਨ ਕਰਕੇ ਸੱਦੇ ਹੋਏ ਸੀ, 30-35 ਬੰਦੇ ਇਕੱਠੇ ਹੋ ਕੇ ਆਏ ਨੇ, ਅਸੀਂ ਵੈਸੇ ਥੱਲੇ ਆਏ ਕਿ ਚੱਲ ਆਏ ਨੇ, ਉਹਨਾਂ ਨੇ ਬੂਹਾ ਖੋਲਿਆ, ਇਹਨਾਂ ਦੇ ਹੱਥੀ ਪੈ ਗਏ ਨੇ। ਉਸ ਤੋਂ ਬਾਅਦ ਜੇ ਮੈਂ ਥੱਲੇ ਉਤਰ ਗਿਆ, ਮੇਰੇ ਸਿਰ 'ਚ ਮੁੱਕਾ ਕੱਢ ਮਾਰਿਆ, ਮੇਰੀ ਚੈਨੀ ਚੁਨੀ ਡਿੱਗ ਪਈ ਹੈ ਕਿਤੇ, ਲਾਲ ਨੂੰ ਲਈ ਉਹਨਾਂ ਨੇ, 30-35 ਜਾਣੇ ਸੀ। ਆਪਣੇ ਮਾਪਿਆਂ ਨੂੰ ਫੋਨ ਕਰਕੇ ਬੁਲਾ ਲਿਆ, ਘਰ ਵਿੱਚ ਸਿਰਫ ਮੈਂ ਤੇ ਮੇਰੇ ਪਤਨੀ ਸੀ, ਜਿਸ ਦੇ ਕਰਕੇ ਮੈਂ ਬੂਹਾ ਖੋਲਿਆ ਹੈ ਅਤੇ ਉਹਨਾਂ ਨੇ ਆਉਂਦੇ ਹੀ ਮੈਨੂੰ ਗੋਲੋ ਫੜ ਲਿਆ ਹੈ ਤੇ ਮੇਰੇ ਨਾਲ ਮਾਰ ਕੁਟਾਈ ਕਰਨ ਲੱਗ ਪਈ। ਨਾਲ ਹੀ ਮੇਰੀ ਪਤਨੀ ਜਦ ਥੱਲੇ ਆਈ ਤੇ ਮੇਰੀ ਬਹੂ ਨੇ ਮੇਰੀ ਪਤਨੀ ਦੇ ਹੱਥੀ ਪੈ ਗਈ, ਉਸਦੀ ਮਾਂ ਵੀ ਪੈ ਗਈ, ਉਸਦਾ ਪਿਓ ਵੀ ਪੈ ਗਿਆ, ਜਦਕਿ ਉਹ ਸ਼ੂਗਰ ਪੇਸ਼ੈਂਟ ਹੁੰਦੇ ਹੋਏ ਥੱਲੇ ਡਿੱਗ ਪਈ। ਪੀੜਤ ਦੀ ਮਾਸੀ ਨੇ ਭਰੇ ਮਨ ਨਾਲ ਪੂਰੀ ਕਹਾਣੀ ਦੱਸੀ ਅਤੇ ਪੁਲਿਸ ਤੇ ਇਲਜ਼ਾਮ ਲਾਏ ਕਿ ਪੁਲਿਸ ਨੇ ਲੜਕੀ ਦੇ ਸਹੁਰਾ ਪਰਿਵਾਰ ਨੂੰ ਪਹਿਲਾਂ ਹੀ ਇਤਲਾਹ ਕਰ ਦਿੱਤੀ ਸੀ, ਇਸ ਲਈ ਉਹ ਹਥਿਆਰਾਂ ਨਾਲ ਤਿਆਰ ਬੈਠੇ ਸੀ। 1.5 ਸਾਲ ਹੋਇਆ ਸਾਡੀ ਕੁੜੀ ਨੂੰ ਵਿਆਹ,
ਸਾਡੀ ਕੁੜੀ ਨੂੰ ਇੱਕ ਦਿਨ ਵੀ ਇਹਨਾਂ ਨੇ ਸੁਖੀ ਨਹੀਂ ਰਹਿਣ ਦਿੱਤਾ। ਕੁੜੀ ਨੂੰ ਮਾਰਦੇ ਨੇ, ਕੁੱਟਦੇ ਨੇ, ਇੰਨਾ ਬੁਰਾ ਹਾਲ ਕੁੜੀ ਦਾ ਕਰਦੇ ਨੇ। ਅੱਜ ਸਾਨੂੰ ਸਵੇਰੇ ਪਤਾ ਲੱਗਿਆ, ਸਾਨੂੰ ਫੋਨ ਆਏ ਨੇ ਅਤੇ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਇੱਥੇ ਆਏ ਹਾਂ। ਜਦੋਂ ਅਸੀਂ ਇੱਥੇ ਆਏ ਹਾਂ, ਸਭ ਤੋਂ ਪਹਿਲਾਂ ਅਸੀਂ ਥਾਣੇ ਗਏ, FIR ਲਗਾਈ, ਉੱਥੇ ਪੁਲਿਸ ਵਾਲੇ ਅਸੀਂ ਨਾਲ ਲੈ ਕੇ ਗਏ ਹਾਂ, ਪਰ ਉਹਨਾਂ ਨੇ ਜਾ ਕੇ ਕੋਈ ਐਕਸ਼ਨ ਨਹੀਂ ਲਿਆ। 3 ਜਣੇ ਸਾਡੇ ਨਾਲ ਗਏ ਨੇ, ਅਗਰ ਪੁਲਿਸ ਸਾਡੇ ਨਾਲ ਗਈ ਹੈ ਤਾਂ ਉੱਥੇ ਜਾ ਕੇ ਕਿਉਂ ਸਾਡੇ ਨਾਲ ਹੱਥੋਪਾਈ ਕੀਤੀ ਗਈ? ਉਹਨਾਂ ਨੇ ਸਾਡੇ 'ਤੇ ਚਾਕੂ ਚੁੱਕੇ, ਲਾਠੀਆਂ ਚੁੱਕੀਆਂ, ਇੱਥੋਂ ਤੱਕ ਕਿ ਕੱਚ ਦੀਆਂ ਬੋਤਲਾਂ ਤੱਕ ਸਾਡੇ 'ਤੇ ਮਾਰੀਆਂ। ਤੁਸੀਂ ਦੇਖ ਸਕਦੇ ਹੋ ਸਾਰਿਆਂ ਦੇ ਕੱਪੜੇ ਫਟੇ ਹੋਏ ਆ, ਸਿਰ ਦੇ ਵਿੱਚ ਮੁੱਕੇ ਮਾਰੇ ਗਏ, ਇੰਨਾ ਕੁਛ ਸਾਡੇ ਨਾਲ ਬੇਹਾਲ ਕੀਤਾ ਗਿਆ। ਠੀਕ ਹੈ, ਉਹ ਮੁੰਡਾ ਜਿਹਨੇ ਸਾਡੀ ਕੁੜੀ ਦਾ ਇਹ ਹਾਲ ਕੀਤਾ, ਸਾਡੇ ਸਾਹਮਣੇ ਨਹੀਂ ਲਿਆਉਂਦਾ ਗਿਆ ਉਸ ਮੁੰਡੇ ਨੂੰ। ਕਿਉਂ ਉਸ ਉਹਨਾਂ ਨੂੰ ਪਹਿਲਾਂ ਕਿੱਥੋਂ ਪਤਾ ਲੱਗੀ ਇਹ ਚੀਜ਼ ਕਿ ਅਸੀਂ ਉਹਨਾਂ ਦੇ ਘਰ ਆ ਰਹੇ ਹਾਂ? ਪਹਿਲਾਂ ਹੀ ਪ੍ਰੀਪੇਅਰ ਸੀ, ਸਭ ਚੀਜ਼ਾਂ ਵਧੀਆ ਸੀ। ਇਟ ਮੀਨਸ ਕਿ ਅਸੀਂ FIR ਲਿਖਾਈ ਹੈ, ਗੱਲ ਉਹਨਾਂ ਤੱਕ ਪਹਿਲੇ ਪਹੁੰਚ ਚੁੱਕੀ ਸੀ। ਤੈਨੂੰ ਤਾਂ ਨਹੀਂ ਪਤਾ ਕਿ ਅਸੀਂ ਆ ਰਹੇ ਹਾਂ ਜਾਂ ਅਸੀਂ ਉਹਨਾਂ ਦੇ ਖਿਲਾਫ FIR ਲਿਖਾਈ ਗਈ, ਉਹ ਕਿੱਦਾਂ ਪ੍ਰੀਪੇਅਰ ਹੋ ਗਏ ਸਾਡੇ ਜਾਣ ਤੋਂ ਪਹਿਲਾਂ? ਅਸੀਂ 4 ਜਣੇ ਮੁੱਠੀ ਭੱਜ ਗਏ ਆ, ਪੂਰਾ ਦਾ ਪੂਰਾ ਮੱਲਾ ਇਕੱਠਾ ਹੋ ਗਿਆ, 50-60 ਜਣੇ ਸਾਡੇ 'ਤੇ ਹੱਥ ਚੁੱਕਦੇ ਪਏ ਆ। ਉਹਨਾਂ ਨੇ ਕੋਈ ਜਨਾਨੀ ਨਹੀਂ ਦੇਖੀ, ਕੋਈ ਕੁਛ ਨਹੀਂ ਦੇਖਿਆ, ਤੁਸੀਂ ਦੇਖ ਸਕਦੇ ਹੋ ਸਭ ਦੇ ਕੱਪੜੇ ਫਟੇ ਹੋਏ ਆ। ਸਾਨੂੰ ਇਨਸਾਫ ਚਾਹੀਦਾ, ਜੋ ਉਹਨਾਂ ਨੇ ਸਾਡੇ ਨਾਲ ਕੀਤਾ, ਸਾਨੂੰ ਨਿਆਂ ਚਾਹੀਦਾ। ਸਾਨੂੰ ਪੁਲਿਸ ਤੋਂ ਇਸ ਚੀਜ਼ ਦਾ ਜਵਾਬ ਚਾਹੀਦਾ ਕਿ ਪੁਲਿਸ ਲਿਜਾਣ ਦਾ ਸਾਨੂੰ ਕੀ ਫਾਇਦਾ, ਸਾਨੂੰ FIR ਕਰਾਉਣ ਦਾ ਕੀ ਫਾਇਦਾ? ਜੇ ਅਸੀਂ ਡਾਇਰੈਕਟ ਹੀ ਜਾ ਕੇ ਉੱਥੇ ਕੁੱਟਮਾਰੀ ਕਰਨੀ ਸੀ ਤਾਂ ਫਿਰ ਅਸੀਂ ਥਾਣੇ ਕਿਉਂ ਗਏ? ਅਸੀਂ FIR ਕਿਉਂ ਕਰਾਈ? ਅਸੀਂ ਇਸੇ ਕਰਕੇ ਕਰਾਈ ਨਾ, ਆਪਣੀ ਪ੍ਰੋਟੈਕਸ਼ਨ ਵਾਸਤੇ, ਆਪਣੀ ਬੱਚੀ ਦੀ ਪ੍ਰੋਟੈਕਸ਼ਨ ਵਾਸਤੇ। ਜੇ ਸਾਡੀ ਬੱਚੀ ਭੱਜ ਕੇ ਸਾਡੇ ਥੱਲੇ ਨਾ ਆਉਂਦੀ ਤਾਂ ਸਾਡੀ ਤਾਂ ਕੁੜੀ ਨੂੰ ਕੁਛ ਵੀ ਕਰ ਸਕਦੇ ਸੀ, ਕੁਛ ਵੀ ਸਾਡੀ ਕੁੜੀ ਨੂੰ ਕਰ ਸਕਦੇ ਸੀ। ਉਹ ਤਾਂ ਸਾਡੀ ਕੁੜੀ ਸੇਫ ਅਸੀਂ ਲੈ ਆਉਂਦੀ ਆਪਣੇ ਨਾਲ, ਸਾਨੂੰ ਇਸ ਚੀਜ਼ ਦੀ ਬੜੀ ਤਸੱਲੀ ਆ। ਪਰ ਅਸੀਂ ਉਸ ਬੰਦੇ ਨੂੰ ਕਦੀ ਮਾਫ ਨਹੀਂ ਕਰਾਂਗੇ। ਅਸੀਂ ਚਾਹੁੰਦੇ ਹਾਂ ਸਾਨੂੰ ਉਸ ਬੰਦੇ ਨੂੰ ਘਸੀਟ ਕੇ ਲਿਆਂਦਾ ਜਾਵੇ ਸਾਡੇ ਸਾਹਮਣੇ, ਉਹਨੂੰ ਇੱਕ ਇੱਕ ਗੱਲ ਦਾ ਜਵਾਬ ਦੇਣਾ ਪਵੇ ਕਿ ਉਹਨੇ ਸਾਡੀ ਧੀ ਦੇ ਨਾਲ ਸਾਰਾ ਕੁਛ ਕਿਉਂ ਕੀਤਾ। ਇੰਨਾ ਦਾਜ ਮੰਨ ਗਿਆ, ਜੋ ਮੰਗਿਆ ਸੀ ਉਹਨੂੰ ਦਿੱਤਾ, ਸਭ ਕੁਛ ਉਹਦੇ ਘਰ ਭਰ ਦਿੱਤਾ, ਬਟ ਫਿਰ ਵੀ ਉਹਨੇ ਜੋ ਹੈ ਸਾਡੇ ਨਾਲ ਹੀ ਸਭ ਕੁਛ ਕੀਤਾ। ਸਾਨੂੰ ਸਭ ਕੁਛ ਇੱਕ ਇੱਕ ਚੀਜ਼ ਦਾ ਜਵਾਬ ਚਾਹੀਦਾ, ਪੂਰਾ ਟੱਬਰ ਆ ਕੇ ਸਾਡੇ ਨੱਕ ਰਗੜੇ ਮਾਫੀਆਂ ਮੰਗੇ, ਸਾਨੂੰ ਇਹ ਚਾਹੀਦਾ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ 'ਚ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਤੇ ਕਾਰਵਾਈ ਕੀਤੀ ਜਾਵੇਗੀ। ਇੱਥੇ ਇੱਕ ਬੰਦਾ ਖੜਿਆ, ਨਾਲ ਉੱਥੇ ਜਾ ਕੇ ਕਾਫੀ ਬੰਦੇ ਹੋ ਗਏ ਉਹਨਾਂ ਦੇ ਘਰੇ ਜਾ ਕੇ, ਫਿਰ ਕਾਫੀ ਮੈਂ ਕੀਤੀ, ਫਿਰ ਸਫਾਈ ਉਹਨਾਂ ਦੇ ਨਾਲ ਕੀਤੀ ਤੇ ਉਹ ਦੋਨਾਂ ਪਾਰਟੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਸੀਗੀਆਂ ਤੇ ਉਹਨਾਂ ਦੋਨਾਂ ਨੇ ਦੂਜੀ ਪਾਰਟੀ ਦੇ 4 MLA ਨਾਲ ਇਕੱਠ ਕੇ ਆ ਗਈਆਂ ਹੈਗੀਆਂ। ਜਿਹੜੀ ਫਗਵਾੜੇ ਵਾਲੀ ਪਾਰਟੀ ਉਹ ਹੋਸਪਿਟਲ ਗਈ ਸੀ, ਪਰ ਉਹਨਾਂ ਦੇ MLA ਕੋਈ ਨਹੀਂ ਆਈ ਅਜੇ ਤੱਕ, ਉਹਨਾਂ ਨੂੰ ਬੁਲਾ ਰਹੇ ਪਰ ਉਹ ਅਜੇ ਤੱਕ ਕੋਈ ਆ ਨਹੀਂ ਰਹੇ। ਜੋ ਵੀ ਫੈਕਟ ਹੋਣਗੇ ਸਾਹਮਣੇ ਜਾਣ ਲੈ ਕੇ ਸਟੇਟਮੈਂਟ, ਉਹਨਾਂ ਦਾ ਕਹਿਣਾ ਸੀ ਕਿ ਜਿਹਦੇ ਜਿਸ ਟਾਈਮ ਹੋਸਪਿਟਲ 'ਚ ਐਡਮਿਟ ਸੀ ਉਸ ਟਾਈਮ ਉਹਨਾਂ ਦੇ 40-50 ਬੰਦੇ ਆ ਗਏ ਸੀ ਮੁੰਡੇ ਵਾਲਿਆਂ ਵੱਲੋਂ, ਪਰ ਲੇਕਿਨ ਉਹਨਾਂ ਨੂੰ ਉਸ ਬਾਰੇ ਉੱਥੇ PCR ਵੀ ਵਗੈਰਾ ਭੇਜੀ ਗਈ ਸੀ। ਹੋਰ ਵੀ ਫੋਰਸ ਉਹਦੇ ਸਾਡੇ ਹੋਸਪਿਟਲ 'ਚ ਗਰਦ ਲੱਗੀ ਹੈ, ਜੇ ਕੋਈ ਇਹੋ ਜਿਹੀ ਪ੍ਰੋਬਲਮ ਹੁੰਦੀ ਫਿਰ ਉਸ ਤੋਂ ਬਾਅਦ ਮੇਰੇ ਕੋਲ ਥਾਣੇ ਵੀ ਆਏ ਸੀ। ਉਹਨਾਂ ਨੇ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ ਕਿ ਸਾਨੂੰ ਇਹ ਦਰਦੇ ਮਾਰੇ ਉੱਥੇ ਚੱਲੇ ਆ, ਉਹ ਬਿਲਕੁਲ ਲੜਕੀ ਠੀਕ ਠਾਕ ਸੀ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV। ਦੁਨੀਆ ਭਰ ਦੀ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਦਬਾਓ ਬੈਲ ਬਟਨ ਐਂਡ ਆਲਸੋ ਲਾਈਕ ਆਰ ਫੇਸਬੁੱਕ ਪੇਜ।